ਮੌਸਮ ਜਿਹੜਾ ਸੀ ਉਹ ਬੜਾ ਵਧੀਆ ਹੋ ਗਿਆ ਸੀ। ਮੀਂਹ ਪੈਣ ਲੱਗ ਗਿਆ ਸੀ, ਬੱਦਲ ਆ ਗਏ ਸੀ, ਠੰਡ ਲੱਗਣ ਲੱਗ ਗਈ ਸੀਗੀ। ਪ੍ਰੋਗਰਾਮ ਬਣਾ ਲਿਆ ਵੀ ਚੱਲ ਥੋੜ੍ਹੇ ਜਿਹੇ ਪਕੌੜੇ ਖਾ ਲੈਂਦੇ ਹਾਂ, ਪਰ ਉਹ ਗਰਮ ਹੋ ਗਿਆ ਅਤੇ ਫਿਰ ਵੀ ਪਕੌੜੇ ਖਾ ਲੈਂਦੇ ਹਾਂ। ਉਹ ਗਰਮ ਤਾਂ ਹੋ ਗਿਆ ਅਤੇ ਮੈਂ ਬਣਾਵਾਂਗੀ। ਬੜਾ ਦਿਨਾਂ ਤੋਂ ਦਿਲ ਸੀਗਾ ਕਿ ਪਿਆਜ਼ ਦੇ ਅਨੀਅਨ ਰਿੰਗਸ ਵਾਲੇ ਜਿਹੜੇ ਪਕੌੜੇ ਹੈ ਨਾ ਉਹ ਬਣਾਏ ਜਾਣ। ਇਹ ਆਪਾਂ ਪਕੌੜੇ ਕੈਨੇਡਾ ਕੈਨੇਡਾ ਵਾਲੇ ਯੈਸ, ਮੈਂ ਤੁਹਾਨੂੰ ਇਹ ਗੱਲ ਕੈਨੇਡਾ ਦੀ ਕਰਨ ਲੱਗੀ ਸਾਂ ਵੀ ਅਸੀਂ ਬੈਂਫ ਜਦੋਂ ਗਏ ਸੀ ਨਾ ਤਾਂ ਰਸਤੇ ਦੇ ਵਿੱਚ ਜਦੋਂ ਅਸੀਂ ਮੀਂਹ ਪੈਂਦਾ ਪਿਆ ਸੀ ਅਨੀਅਨ ਰਿੰਗਸ ਵਾਲੇ ਖਾਏ ਸੀ, ਬੜਾ ਮਜ਼ਾ ਆਇਆ ਸੀ। ਉਹਨਾਂ ਦੇ ਖੈਰ ਪਿਆਜ਼ ਬਹੁਤ ਅੱਛੇ ਵਾਈਟ ਵਾਲੇ ਵੱਡੇ ਵੱਡੇ ਹੁੰਦੇ ਆ ਅਤੇ ਅਨੀਅਨ ਰਿੰਗਸ ਵੀ ਉਹ ਥੋੜ੍ਹੇ ਜਿਹੇ ਸਾਡੇ ਨਾਲ ਡਿਫਰੈਂਟ ਬਣਾਉਂਦੇ ਆ। ਮੈਂ ਤਾਂ ਪਕੌੜੇ ਬਣਾਉਣੇ ਆ ਅਨੀਅਨ ਰਿੰਗਸ ਦੇ ਪਕੌੜੇ ਬੇਸਣ ਵਾਲੇ ਅਤੇ ਨਾਲ ਹੀ ਥੋੜ੍ਹੇ ਜਿਹੇ ਆਲੂਆਂ ਦੇ ਬਣਾ ਲਵਾਂਗੇ, ਠੀਕ ਹੈ। ਅਤੇ ਉਹਦੇ ਵਾਸਤੇ ਨਾ ਮੈਨੂੰ ਥੋੜ੍ਹਾ ਜਿਹਾ ਬੇਸਣ ਘੋਲਣਾ, ਇਹ ਬੇਸਣ ਜਿਹੜਾ ਮੈਂ ਦੋ ਕੜਛੀਆਂ ਬਹੁਤ ਹੈ ਸਾਨੂੰ, ਥੋੜ੍ਹੇ ਜਿਹੇ ਪਕੌੜੇ ਬੜਾ ਅੱਛਾ ਹੋ ਜਾਏਗਾ ਇਹਦੇ ਵਿੱਚ। ਅਤੇ ਫਿਰ ਮੈਨੂੰ ਪਾਉਣਾ ਹੈ ਨਮਕ, ਨਮਕ ਬਹੁਤ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਉੱਤੋਂ ਫਿਰ ਚਾਟ ਮਸਾਲਾ ਪਾਵਾਂਗੇ ਨਹੀਂ। ਅਤੇ ਜਿਹੜਾ ਕੁ ਲਾਲ ਮਿਰਚ, ਅਤੇ ਲਾਲ ਮਿਰਚ ਅਤੇ ਹੋਰ ਤਾਂ ਮੈਨੂੰ ਕਾਲੀ ਮਿਰਚ ਵੀ ਪਾ ਲੈਂਦੇ ਹਾਂ ਮਾੜੀ ਜੀ। ਅਤੇ ਨਾ ਕੋਈ ਜ਼ਿਆਦਾ ਚੀਜ਼ਾਂ ਨਹੀਂ, ਦੋਵੇਂ ਜਿਹੜੇ ਉਹ ਨੇ ਨਾ ਬਹੁਤੇ ਅਖੰਡ ਵਾਲੇ ਮੈਂ ਉਹ ਨਹੀਂ ਬਣਾਉਣੇ, ਮੈਂ ਲੋਕਡਾਊਨ ਵਾਲੇ ਬਣਾ ਰਹੀ ਹਾਂ ਵੀ ਜੋ ਕੁਝ ਹੈਗਾ ਉਹ ਪਾਓ, ਠੀਕ ਹੈ। ਥੋੜ੍ਹਾ ਜਿਹਾ ਮਿੱਠਾ ਸੋਡਾ ਪਾ ਲਿਆ ਵੇ, ਇਹ ਬੜਾ ਜ਼ਰੂਰੀ ਹੈ ਮਿੱਠਾ ਸੋਡਾ, ਮਿੱਠੇ ਸੋਡੇ ਤੋਂ ਬਿਨਾਂ ਕੋਈ ਪਕੌੜੇ ਨਹੀਂ ਹੁੰਦੇ। ਅਤੇ ਵੈਸੇ ਮੈਂ ਲਸਣ ਦਾ ਪਾਣੀ ਵੀ ਪਾਉਂਦੀ ਹੁੰਦੀ ਹਾਂ, ਥੋੜ੍ਹਾ ਜਿਹਾ ਧਨੀਆ ਅਤੇ ਮੈਂ ਜਿਹੜਾ ਪੁਦੀਨਾ ਸੀ ਉਹਦੇ ਪੱਤੇ ਵੀ ਪਾ ਦਿੱਤੇ ਨੇ। ਇਹ ਤਾਂ ਐਵੇਂ ਬਸ ਮਾੜਾ ਜਿਹਾ ਹੀ ਪਾਏ ਨੇ, ਹਾਜ਼ਮੇ ਨੂੰ ਹੀ ਸਮਝ ਲਓ। ਇਹ ਸਾਡਾ ਬ੍ਰੈਡ ਦਾ ਨਾ ਕ੍ਰਮ ਹੈ, ਬ੍ਰੈਡ ਦਾ ਚੂਰਾ ਜਿਹੜਾ ਹੁੰਦਾ ਅਤੇ ਉਹ ਵੀ ਆਪਾਂ ਐਵੇਂ ਵਿੱਚ ਪਾ ਲੈਂਦੇ ਹਾਂ ਤਾਂ ਕਿ ਇਹਦੇ ਨਾਲ ਕ੍ਰਿਸਪੀ ਹੋ ਜਾਣਗੇ। ਮੈਂ ਵੱਖਰਾ ਵੀ ਕਰ ਸਕਦੇ ਹਾਂ ਪਰ ਅਸੀਂ ਇਹਨੂੰ ਵਿੱਚ ਪਾ ਲਾਂਗੇ। ਇਹ ਆਪਣਾ ਗਾਰਲਿਕ ਨਾ ਪਾਊਡਰ ਹੈਗਾ, ਠੀਕ ਹੈ, ਇਹ ਪਾ ਲੈਂਦੇ ਹਾਂ। ਅੱਜ ਗਾਰਲਿਕ ਸਾਡੇ ਕੋਲ ਪਾਣੀ ਨਹੀਂ ਹੈਗਾ ਅਤੇ ਮੇਰੇ ਕੋਲ ਅੱਜ ਬਣਾਉਣ ਦੀ ਹਿੰਮਤ ਨਹੀਂ ਹੈਗੀ। ਇਹ ਕਿਹੜੀ ਕੰਪਨੀ ਦਾ ਜੀ? ਬੜਾ ਅੱਛਾ ਹੈ ਇਹ, ਪਰ ਮੈਨੂੰ ਕੰਪਨੀ ਨਹੀਂ ਪੜੀ ਜਾ ਰਹੀ, YN ਪਤਾ ਨਹੀਂ YN ਜੋ ਵੀ ਹੈ ਅਤੇ ਅੱਛਾ ਸੀ। ਮੈਂ ਇਹਨੂੰ ਯੂਜ਼ ਕੀਤਾ ਔਰ ਮੈਨੂੰ ਅੱਛਾ ਲੱਗਾ, ਵੈਸੇ ਮੈਂ ਇਹੋ ਜਿਹੀ ਚੀਜ਼ਾਂ ਯੂਜ਼ ਨਹੀਂ ਕਰਦੀ ਆਮ ਤੌਰ 'ਤੇ। ਪਾਣੀ ਪਾ ਕੇ ਇਹਨੂੰ ਘੋਲ ਲੈਂਦੇ ਹਾਂ, ਅੱਛੇ ਗੱਲ ਘੋਲ ਜਿਹੜਾ ਹੈ ਉਹ ਬਣਾ ਲੈਂਦੇ ਹਾਂ। ਕਰਾਰੇ ਖਾਣੇ ਨਾ ਪਕੌੜੇ, ਬਿਲਕੁਲ ਕਿੰਨੇ ਕ੍ਰਿਸਪੀ ਕ੍ਰਿਸਪੀ ਅਤੇ ਸਪਾਈਸੀ ਸਪਾਈਸੀ ਵੀ। ਤੁਹਾਡੇ ਸਪਾਈਸੀ ਦੇ ਚੱਕਰ 'ਚ ਨਾ ਮੇਰੇ ਸਾਰੀ ਚੀਜ਼ ਦਾ ਰੰਗ ਖਰਾਬ ਹੋ ਜਾਂਦਾ, ਮੈਨੂੰ ਰੰਗ ਅੱਛਾ ਲੱਗਦਾ ਵੀ ਅੱਛਾ ਅੱਛਾ ਕਲਰ ਹੋਵੇ। ਅਤੇ ਫਿਰ ਆਪਾਂ ਇੰਝ ਕਰਦੇ ਹਾਂ ਅੱਛਾ ਬਣਾਉਣ ਵਾਸਤੇ ਮਾੜੀ ਜਿਹੀ ਹਲਦੀ ਪਾ ਦਿੰਦੇ ਹਾਂ। ਤਾਜ਼ੀ ਹਲਦੀ ਤੁਹਾਨੂੰ ਵੈਸੇ ਵੀ ਕਹਿ ਰਹੇ ਹੋ, ਵੈਸੇ ਵੀ ਅੱਜ ਕੱਲ੍ਹ ਕਹਿੰਦੇ ਹਲਦੀ ਖਾਣੀ ਹੈ ਅਤੇ ਹਲਦੀ ਪਾ ਦਿੰਦੇ ਹਾਂ, ਥੋੜ੍ਹਾ ਜਿਹਾ ਰੰਗ ਵੀ ਅੱਛਾ ਲੱਗੇਗਾ। ਲਓ ਜੀ ਹਲਦੀ ਪਾ ਅਤੇ ਇਹ ਹੋ ਗਿਆ ਸਾਡਾ ਘੋਲ ਜਿਹੜਾ ਹੈ ਤਿਆਰ ਆਲਮੋਸਟ। ਅਤੇ ਨਾ ਪਕੌੜੇ ਮੌਸਮ ਦੇ ਨਾਲ ਪਕੌੜਿਆਂ ਦਾ ਇੰਨਾ ਮੇਲ ਹੈ ਨਾ, ਹੈ ਨਾ ਜੀ। ਮੌਸਮ ਚੰਗਾ ਹੁੰਦਾ ਸੀ ਜਦੋਂ ਥੋੜ੍ਹੇ ਮਿੰਟ ਬੇਸਣ ਹੋਰ ਬਣ ਜਾਏਗਾ। ਡੈਡੀ ਸਾਡੇ ਤਾਂ ਕੋਈ ਵੀ ਬਰਸਾਤ ਜਿਹੜੀ ਹੈ ਉਹ ਲੰਘਣ ਨਹੀਂ ਸੀ ਦਿੰਦੇ, ਬਣਾ ਲਓ ਪਕੌੜੇ ਮੀਂਹ ਪੈ ਗਿਆ, ਹਮੇਸ਼ਾ ਇਹ ਗੱਲ ਹੁੰਦੀ। ਗੁਲਗੁਲੇ ਗੁਲਗੁਲੇ ਬਣਾਉਂਦੇ, ਗੁਲਗੁਲੇ ਗੁਲਗੁਲੇ ਤੁਹਾਡੇ ਵਾਲੇ ਪਾਸੇ ਜ਼ਿਆਦਾ ਬਣਦੇ ਸੀਗੇ, ਸਾਡੇ ਅਸੀਂ ਇੱਧਰ ਬਿਲੋਂਗ ਕਰਦੇ ਯਮੁਨਾ ਨਗਰ ਨੂੰ, ਸਾਡੇ ਵੱਲ ਗੁਲਗੁਲਿਆਂ ਦਾ ਕੋਈ ਫੈਸ਼ਨ ਹੈ ਨਹੀਂ ਸੀਗਾ, ਤੁਹਾਡੇ ਹੈਗਾ ਸੀ ਹੈ ਨਾ। ਬਹੁਤ ਗੁਲਗੁਲੇ ਤਾਂ ਇੰਨੇ ਘਰਾਂ 'ਚ ਇੰਨੇ ਬਣਦੇ ਸੀ, ਪੁੱਛ ਉੱਚੀ ਬੋਲੋ, ਸੁਣਦਾ ਹੀ ਕੋਈ ਨਹੀਂ ਪਿਆ ਹੈ। ਲੋਕਡਾਊਨ ਨੇ ਸਭ ਨੀਵਾਂ ਕੀਤਾ ਹੋਇਆ, ਸਭ ਕੋਈ ਨੀਵਾਂ ਕਰਤਾ। ਓਕੇ ਚਲੋ ਕੋਈ ਨਹੀਂ, ਫਿਰ ਨੀਵਾਂ ਬੋਲ ਲਓ, ਨੀਵਾਂ ਕਰ ਦਿੱਤਾ। ਅੱਛਾ ਜੀ, ਅਨੀਅਨ ਜਿਹੜੇ ਰਿੰਗਸ ਨੇ ਨਾ, ਮੈਂ ਸਾਡੇ ਤਾਂ ਇੱਥੇ ਵੱਡਾ ਪਿਆਜ਼ ਮਿਲਦਾ ਹੀ ਨਹੀਂ, ਮੀਡੀਅਮ ਸਾਈਜ਼ ਦਾ ਪਿਆਜ਼ ਸੀਗਾ ਉਹਨੂੰ ਕੱਟ ਕੇ ਅਤੇ ਮੈਂ ਇਹਦੇ ਜਿਹੜੇ ਵੱਡਾ ਸੀ ਰਿੰਗਸ ਉਹ ਕੱਢ ਲਏ ਨੇ। ਅਤੇ ਇੱਦਾਂ ਹੀ ਮੈਂ ਆਲੂ ਜਿਹੜੇ ਨੇ ਉਹ ਕਰਕੇ ਰੱਖ ਲਏ ਨੇ ਅਤੇ ਇਹਨਾਂ ਨੂੰ ਅਸੀਂ ਹੁਣ ਬਸ ਫਰਾਈ ਕਰਨਾ ਇਹਨਾਂ ਨੂੰ ਨਾ। ਇੱਕ ਗੱਲ ਦੱਸਦੇ ਹਾਂ,
कि इन्हों दोबारा कोई नहीं फ्राई करेगा। ठीक है जी, हम तुम इधर न आ जाओ, इधर न आ जाओ, मैं पानी हाँ। ठीक है, तो ठीक आ रहे बिल्कुल ओके। मैनू दिखाने की कोई लोड़ नहीं, सिर्फ मेरे पकौड़े दिखाओ। तो ये देखो जी, ये असी इदा डबोलिया, अजय भी इन्होंने वास्ते ना वो है। अच्छा हाँ, जी गल दसन वाली सी, ये जो एनियन रिंग्स हैं ना, इन्हों थोड़ा जहाँ मैदा पाता है ये उत्ते, ताकि पानी जोड़ा वो सुक जाएगा। तो ये मेरी कोशिश है भी ये ना वो बनन। मैं एक पा के पहला देखती हाँ बना के हाउ इट्स कम आउट। ठीक है, जे वधिया आएगा अगले पावे, नहीं तो थोड़ा जहा फिर होर पा लाँगे बेसन। ये पकौड़े का एक होंगे भी तुम पहला पकौड़ा पा के वेखना होंगे पर नमक थोड़ा जा होर पेगा, मैं डरदी ने घट पाया से ज्यादा घट हो गया। एक एक ऐदा चुक चुक के पाई जाओ। बाय वन आहिस्ता करता दारू नाल भी खादे जा सकदे, पर ओदा जे टाइम नहीं होया। वाहेगुरु वाहेगुरु वाहेगुरु, परमात्मा तुहानू कुछ अच्छा बख्शे, दारू दी की लोड़ पई है। जी दारू नू कर गया है गल पियो भाई, दारू पियो, चाह मैं कल्ली पी लांगी, नो प्रॉब्लम। दोबारा कभी नहीं फ्राई करना, क्योंकि ना इन्हों प्रेस करना, ना इन्हों दोबारा फ्राई करना है। थोड़े थोड़े मैं बड़िया जो वर्गे नहीं लग रहे, फुल बड़िया है ना, लग रहा ना। अच्छा, मैं कोलो ये दस दें कि ये आप बेसन वाले अनियन रिंग बना रहे हैं। इस तो इलावा कॉर्नफ्लोर वाले जड़े हैं ना, जो बाहर बनते हैं वो कॉर्नफ्लोर वाले बनते हैं जी। अच्छा, ये जो बेसन है मैं प्याजा के उत्ते वो लगाया ना मैदा, वो इस करके लाया कि प्याजा का जो क्रंची बन है ना वो खत्म ना हो। तुसी मैदे जगह कॉर्नफ्लोर भी लगा सकते हो अंदर, है ना। यह जो मैं क्रम है इसको तुसी अलग च भी लगा सकते हो, बिना जो बेसन के बनाने ने तो फिर तुसी उंज भी सिर्फ वो लगा के भी बना सकते हो। लेकिन असी बना रहे हैं पकौड़े, निकलने शुरू हो जाएंगे हौली हौली वन बाई वन। तो जेड़े विचला प्याज सीगा उन्हें तुसी किसी और चीज़ वास्ते यूज़ करो, नो नीड कि उन्हें जरूरी आप पकौड़िया यूज़ करना सीगा। ये आहिस्ता 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 जड़े हैं ये हो जाएंगे। तो जे आलू ने वह भी मिक्स साइज के लैके कट के थोड़ा जहा नमक पाता से, तो इनू मैं माइक्रोवेव के एक मिनट के लिए पका लेने ताकि कच्चे ना रहे। ठीक है, तो ये साढ़े जोड़े देखो पकौड़े ने ये हो गए ने क्रिस्पी, या
वेरी नाइस वन लो जी इन्हें मैं कट दिनी हाँ तो हूँ मैं पा दिन आलू वाले रंग तो बड़ा अच्छा बनया बहुत अच्छा शेप भी अच्छी बनी रंग चलो शेप तो ये जो होंगे रिंग जड़े हैं जो वड्डा हो साढ़े को शेप इस तो भी अच्छी बन गई पर कलर जड़ा है ये थोड़ी हल्दी करके बनया तो यहाँ से ये जड़े मेरे पकौड़े हैं ना आलू वाले ये मेरे ना वर्ल्ड फेम पकौड़े हैं ये मेरे को जिन्हें भी कोई खा के गया या किसी ने खाधे हैं तो वो बहुत इन्हों एप्रीशिएट करता रहा याद भी करते रहे भी वह पकौड़े बड़े स्वाद से बिल्कुल सेम तरीके दे नाल ही तुसी पनीर वाले भी बना सकते हो पनीर वाले पकौड़े का भी बिल्कुल सेम वे है तुसी इन्हों वन बाय वन पाई जाना पर एक बड़ी है जी ਅੱਗੇ ਹੁੰਦਾ ਸੀ ਜਦੋਂ ਬਣਾਉਣਾ ਸੀ ਵੀ ਦੀਨੀਆਂ ਨੂੰ ਬੁਲਾ ਲਓ ਅਭੀ ਨੂੰ ਬੁਲਾ ਲਓ ਰੀਅਲੀ ਵੀ ਆਰ ਮਿਸਿੰਗ ਆਰ ਕਿਡਸ ਵੀ ਆਰ ਅਜੀ ਅਜੀ ਨੂੰ ਬੁਲਾਓ ਫਟਾਫਟ ਬੁਲਾਓ ਸਿਰ ਪਕੌੜੇ ਬਣਾ ਲਓ ਆਜ ਅਜੂ ਪਕੌੜੇ ਖਾਣ ਦਾ ਬਹੁਤ ਫੋੜਾ ਫੈ ਤੇ ਵੀ ਆਰ ਮਿਸਿੰਗ ਬਹੁਤ ਬੱਚਿਆਂ ਨੂੰ ਜਦੋਂ ਕਿਧਰੇ ਅਭੀ ਵੀ ਬਹੁਤ ਕਈ ਵਾਰੀ ਕਹਿ ਰਹੇ ਸੀ ਵੀ ਅੱਜ ਪਕੌੜੇ ਖਾਣ ਦਾ ਉਹਦਾ ਬਹੁਤ ਜੀ ਹੁੰਦਾ ਵੇ ਠੀਕ ਹੈ ਇਹ ਵੀ ਹੁਣ ਇਦਾਂ ਹੀ ਆਇਸਤਾ ਤੇ ਪੱਕਣਗੇ ਤੇ ਮੈਂ ਤੁਹਾਨੂੰ हाथों की बीमारी मैं अपनी पूरी करके होंगे है आप इधर पाने उन्होंने पांच मिनट इधर लिया ये हम काम शुरू हो गया केड़ा सजावटी ठीक है ना जी इधरों खत्म सजावटी काम शुरू इदा किसी भी सर्विंग प्लेट दे विच पाओ तुसी एदी बनाओ घुमन घेरी वाली प्लेट घुमन घेरी वाली है ना हाँ ये स्पेशल पकौड़ियाँ दी स्नैक्स दी प्लेट है ये बड़ी अच्छी लगती है मैं नाल नाल चाह भी बना लवा चाह भी फिर ना तलब हो जाती है नाल ही पकौड़ियाँ दे ਤੁਸੀਂ ਵੀ ਚਾਹ ਪੀ ਲਈ ਹਾਂ ਨਹੀਂ ਚਾਹ ਪੀਉਂਗਾ ਹੁਣ ਤਾਂ ਚਾਹ ਦਾ ਟਾਈਮ ਹੀ ਹੈ ਅੱਛਾ ਮੈਨੂੰ ਡਰ ਲੱਗਣ ਲੱਗ ਗਿਆ ਸੀ ਨਹੀਂ ਨਹੀਂ ਚਾਹ ਪੀਣੀ ਓਕੇ ਫਿਰ ਠੀਕ ਕੰਮ ਵੀ ਬੜਾ ਕਰਨਾ ਹੈ ਜੀ ਕੰਮ ਤਾਂ ਜੀ ਮੁੱਕਣੇ ਹੀ ਨਹੀਂ ਠੀਕ ਹੈ ਨਾ ਕੰਮਾਂ ਦੀ ਕੀ ਆਖੀ ਹੈ ਸਾਂਭਲਾ ਮੈਨੂੰ ਸਾਂਭ ਸੁੰਭੇ ਤੇ ਬੜਾ ਟਾਈਮ ਲੱਗਦਾ ਹੈ ਤੁਸੀਂ ਉਹਨੂੰ ਮੇਰੇ ਪਕੌੜੇ ਵੀ ਖਾਓ ਅਤੇ ਮੈਂ ਚਾਹ ਵੀ ਬਣਾ ਲਿਆ ਨਾਲ ਦੀ ਨਾਲ ਹੀ ਤਾਂ ਕਿ ਚਾਹ ਵਾਸਤੇ ਇਲਾਚੀ ਕੁੱਟੀ ਹੈ ਹਾਂ ਹਾਂ ਕੁੱਟਣੀ ਪੈਣੀ ਓਕੇ ਪੀਸਣ ਵਾਲੀ ਹੈ ਨਾ ਇਲਾਚੀਆਂ ਪੀਸ ਕੇ ਰੱਖੀ ਅੱਛਾ ਰਹਿੰਦਾ ਪੀਸ ਕੇ ਮੈਂ ਆਪਣੀ ਆਜ਼ੂ ਦੇ ਆਪਣੀ ਵਾਲੀ ਚ ਕੁੱਟਾ ਛੁਟਕੀ ਜੀ ਛੁਟਕੀ ਜੀ ਪਾ देखिए ਕਿੱਥੇ ਪਹੁੰਚੀ ਗੱਲ ਕਿਤੇ ਲੰਬੀ ਤਾਂ ਨਹੀਂ ਹੋ ਗਈ ਵੀਡੀਓ ਲੰਬੀ ਹੋ ਰਹੀ ਹੈ ਯਾਰ ਮੇਰੇ ਥੋੜੀ ਕੱਟ ਦੇਣੀ ਸੀ ਕਿੰਨੀ ਹੋ ਗਈ 14 ਮਿੰਟ ਹੋ ਗਏ ਓ ਮਾਈ ਗੋਡ ਕੀ ਕੀਤਾ ਰਜੇ ਕੱਟ ਗਿਆ ਨਹੀਂ ਹੈ ਮੈਂ ਤੂੰ ਕਹਿ ਨਹੀਂ ਮੈਂ ਕਿ ਮੈਂ ਕੀ ਕਹਾਂਗੀ ਥੋੜੀ ਕੱਟ ਦੇਣੀ ਸੀ ਵਿਚਾਰੇ ਸਾਰੇ ਵੀਅਰਸ ਨੂੰ ਪਰੇਸ਼ਾਨੀ ਹੁੰਦੀ ਹੈ ਲੰਬੀ ਵੀਡੀਓ ਵੇਖਣ ਚ ਪਹਿਲੇ ਦੋ ਹੈ ਨਾ ਦੋ ਰੈਸਪੀਆਂ ਹੈ ਦੋ ਹੋਂ ਤਿੰਨ ਹੋਂ ਕਿੰਨਾ ਹੋਂ ਅੱਤੇ ਹੋਂ ਜੀ ਮੱਛ ਦਿਸ ਪਾਉਡਰ
चर्च ए हो गए ने तैयार बहुत अच्छी तरह ना देखो बिल्कुल ते इन्हें करके बंद हमारे इधर और बन गए पकौड़े। अब बन गई आपकी चाय, आप चलें, मैं इसको उसमें प्लेट में लगा दूँ, उसके बाद आप वहाँ बैठें और खाएं। आ जाओ यार, लाने बड़े औखे ने, गर्म बड़े ने। चलो लोकी आपे ला लेंगे फिर। अरे लोकी लाएंगे भाई, ये कुछ लोकां वास्ते भी छड़ देता हूं। अच्छा जी, कुछ लोकां वास्ते भी छड़ना पड़ेगा। एक ही में पूरे के में आए ने देखो। हां देखो लॉच आएगा इतने, मैं ले आनी है चाह। चलो ठीक है, फोटो खींचो।